بسم اللہ الرحمن الرحیم السلام علیکم دوستو اج اک نوਵੀਂ ویڈیو دا آغاز کرنے آ تے اج اسی نہر تے نہان گئے سی تے بڑا سਾਨੂੰ مزہ ਆਇਆ ਤੇ میں اُسے لباس دے وچ ہی باہر نو نکل آیا ہاں تے ماشاءاللہ اج 7واں روزہ ہے 7واں روزہ ہے ਤੇ ਅੱਲਾਹ ਪਾਕ ਨੇ ਹਿੰਮਤ ਤੇ ਤੌਫੀਕ ਦਿੱਤੀ ਹੈ ਤੇ ਅਲਹਮਦੁਲਿਲਾ ਇਨਸ਼ਾ ਅੱਲਾਹ ਤਾਲਾ ਅੱਲਾ ਦੇ ਫਜ਼ਲ ਉਹ ਕਰਮ ਦੇ ਨਾਲ ਸਾਰੇ ਰੋਜ਼ੇ ਰੱਖਾਂਗੇ ਤੇ ਮੈਨੂੰ ਵੀ ਪੂਰੀ ਉਮੀਦ ਹੈ ਕਿ ਸਾਰੇ ਭਰਾ ਰੋਜ਼ੇ ਰੱਖਦੇ ਹੋਣੇ ਨੇ ਸਾਰੇ ਭਰਾ ਰੋਜ਼ੇ ਰੱਖਦੇ ਹੋਣਗੇ ਤੇ ਅੱਲਾ ਪਾਕ ਸਭ ਨੂੰ ਹਿੰਮਤ ਦੇਵੇ ਅੱਜ ਗਰਮੀ ਨੇ ਵੀ ਅਖੀਰ ਕਰਤੀ ਏ ਤੇ ਇਸੇ ਵਈਆ ਤੋਂ ਰਖਸ਼ਾ ਫੜਿਆ ਰਖਸ਼ਾ ਖੁਦ ਚਲਾਇਆ ਚਲਾ ਕੇ ਬੱਬਾ ਜੀ ਜਾ ਕੇ ਉਥੇ ਨਹਿਰ ਤੇ ਨਾਤੇ ਠੰਡਾ ਪਾਣੀ ਸੀ ਸਿਰ ਤੇ ਠੰਡਾ ਪਾਣੀ ਪਾਇਆ ਕੋਈ ਮਜ਼ਾ ਆਇਆ ਚਾਰ ਪੰਜ ਨੇ ਅਸੀਂ ਭਰਾ ਗਏ ਸਾਂ ਤੇ ਬੱਬਾ ਜੀ ਦਿਨੋਂ ਬਦਿਨ ਗਰਮੀ ਤੇ ਧੂੜਾਂ ਪੱਟੀ ਜਾਂਦੀ ਏ ਬੜੀ ਗਰਮੀ ਲੱਗਦੀ ਵੀ ਦਿਨੋਂ ਬਦਿਨ ਤੇ ਰੋਜ਼ੇ ਵੀ ਰੱਖਣੇ ਲਾਜ਼ਮੀ ਹੈ ਕਿਉਂਕਿ ਅੱਲਾ ਪਾਕ ਨੂੰ ਪਸੰਦ ਨੇ ਗਰਮੀ ਦੇ ਰੋਜ਼ੇ ਤੇ ਇਨਸ਼ਾਅੱਲਾ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਰੋਜ਼ੇ ਮੁਕੰਮਲ ਰੱਖਣੇ ਉਸਤਾਦ ਫੈਸਲ ਨੂੰ ਤੇ ਕਹਾਂਗਾ ਤੇ ਉਸਤਾਦ ਫੈਸਲ ਦਾ ਰੋਜ਼ਾ ਰੱਖ ਕੇ ਘਰੋਂ ਬਾਹਰ ਨਹੀਂ ਨਿਕਲਦਾ ਸਾਹ ਜੀ ਤੁਸੀਂ ਇਹ ਮੇਰੀ ਵੀਡੀਓ ਮੁਕੰਮਲ ਤੁਸੀਂ ਵੇਖਣੀ ਹੈ ਤੇ ਤੁਸੀਂ ਕਿਉਂ ਨਹੀਂ ਰੋਜ਼ਾ ਰੱਖ ਕੇ ਬਾਹਰ ਨਿਕਲਦੇ ਨਿਕਲਣਾ ਚਾਹੀਦਾ ਹੈ ਖਾਸ ਕਰਕੇ ਸਾਹ ਜੀ ਤੁਹਾਡਾ ਵਜ਼ਨ ਵੀ ਘਟੇ ਜਿਸ ਟਾਈਮ ਸਾਹ ਜੀ ਵਜ਼ਨ ਘਟੇਗਾ ਤੁਹਾਡਾ ਤੇ ਮਾਸ਼ਾਅੱਲਾ ਤੁਸੀਂ ਫਿਟ ਫਿਟਨੈਸ ਹੋ ਜਾਓਗੇ ਤੇ ਜੇ ਤੁਸੀਂ ਰੋਜ਼ਾ ਰੱਖ ਕੇ ਘਰ ਬਹਿ ਗਏ ਤੇ ਫੇਰ ਫਿਟਨੈਸ ਕਿੱਥੋਂ ਨਹੀਂ ਤੁਹਾਡੇ ਰੋਜ਼ਾ ਵੀ ਰੱਖ ਲੈਂਦੇ ਜੇ ਤੇ ਸਤਾਰ ਜੀ ਤੁਸੀਂ ਬਾਹਰ ਵੀ ਨਹੀਂ ਜੇ ਨਿਕਲਦੇ ਨਿਕਲਿਆ ਕਰੋ ਯਾਰ ਬਾਹਰ ਬਾਹਰ ਨਿਕਲਣ ਦੇ ਨਾਲ ਹੀ ਤਾਜ਼ਾ ਹਵਾ ਮਿਲੇਗੀ ਦੋਸੋਂ ਸਾਂਦੇ ਹੋਣਗੇ ਕਿਉਂ ਸਤਾਰ ਜੀ ਐਵੇਂ ਗੱਲ ਕਿਨੇ ਚਲੋ ਆਪਾਂ ਟੋਪਿਕ ਹੋਣ ਇਸ ਤੋਂ ਬਾਅਦ ਚੇਂਜ ਕਰਨ ਆ ਤੇ ਬਾਜ਼ਾਰਾਂ ਦੇ ਵਿੱਚ ਯਾਰ ਇਹ ਵੀ ਬੜੀ ਮੰਗਾਈ ਹੋਈ ਪਈ ਖਾਸ ਕਰਕੇ ਧੁਆਣਾ ਇਸ ਟਾਈਮ ਹੋਇਆ ਪਿਆ 60-70 ਰੁਪਏ ਕਿਲੋ ਤੇ ਜਿਹੜਾ 10 ਰੁਪਏ ਕਿਲੋ ਧੁਆਣਾ ਮਿਲਦਾ ਸੀ ਬਾਜ਼ਾਰ ਚ ਗਏ ਆ ਹਫਤਾਰੀ ਲੈਣ ਵਾਸਤੇ ਤੇ ਮੰਗੀ ਤਾਂ ਬੜੀ ਸੀ ਪਰ ਲਿਉਣੀ ਤੇ ਆਈ ਸੀ ਨਾ ਤੇ ਲੈ ਆਏ ਅੱਲਾ ਦਾ ਸ਼ੁਕਰ ਹੈ ਚਲੋ ਜੋ ਵੀ ਹੈ ਬਾਕੀ ਯਾਰ ਫਲਾ ਆ ਲੈ ਵੀ ਅਖੀਰ ਕੀਤੀ ਇਹਨਾਂ ਨਾਲ ਤਾਂ ਲੋਕਡਾਊਨ ਚੰਗਾ ਸੀ ਫਿਰ ਸਕੂਨ ਦੇ ਨਾਲ ਜਿੰਨਾ ਦਾ ਜਿਹੜੇ ਲਾਕਡਾਊਨ ਖੁੱਲੇ ਨੇ ਉਹ ਕੁੜੀਆਂ ਦੇ ਜਿਹੜੇ ਪੰਜਾਂ ਦੀ ਸ਼ੈ ਉਹ ਦਸਾਂ ਦੀ ਦਿੱਤੀ ਜਾਂਦੇ ਜਿਹੜੀ ਦਸਾਂ ਹੀ ਸ਼ੈ ਉਹ ਵਿਹਾਂ ਦੀ ਦਿੱਤੀ ਜਾਂਦੇ ਜਿਹੜੇ 20ਾਂ ਦੀ ਉਹ 40ਾਂ ਹੀ ਦਿੱਤੀ ਜਾਂਦੇ ਨੇ ਬੰਦਾ ਜਾਏ ਤੇ ਜਾਏ ਕਿਹੜੇ ਪਾਸੇ ਗਰੀਬ ਬੰਦੇ ਦਾ ਅਗਰ ਇੱਕ ਬੰਦਾ ਗਰੀਬ ਬੰਦੇ ਦਾ ਫਾਇਦਾ ਸੋਚ ਲੈਂਦਾ ਤੇ ਗਰੀਬ ਬੰਦਾ ਛੁਰੀ ਫੇਰਨ ਟੁਰਪਿੰਦਾ ਦੂਸਰੀ ਆਵਾਮ ਨੂੰ ਜਿੰਨੀਆਂ ਰੇੜੀਆਂ ਲੱਗੀਆਂ ਨੇ ਰੇੜੀਆਂ ਵਾਲੇ ਵੀ ਡੰਡ ਪੱਟੀ ਜਾਂਦੇ ਨੇ ਆਂਦੇ ਨੇ ਜਿਹੜੇ 4 ਰੁਪਏ ਆਂਦੇ ਨੇ ਭਾਈ ਜਾਨ ਤੇ ਇਹ ਵੇਖੋ ਬੈਕਗ੍ਰਾਉਂਡ ਕਿੱਡਾ ਪਿਆਰਾ ਇਸ ਟਾਈਮ ਮਾਸ਼ਾਅੱਲਾ ਮੈਨੂੰ ਤਾਂ ਬੜਾ ਪਿਆਰਾ ਲੱਗਦਾ ਪਿਆ ਤੇ ਤੁਹਾਨੂੰ ਵੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਬੜਾ ਪਿਆਰਾ ਲੱਗਦਾ ਪਿਆੜਾ ਤੇ ਕਰੋਨਾ ਜਿਹੜਾ ਇਸ ਟਾਈਮ ਘਟਦਾ ਜਾਂਦਾ ਹੈ ਸ਼ਾਇਦ ਤੁਹਾਨੂੰ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕਰੋਨਾ ਘਟਦਾ ਜਾਂਦਾ ਹੈ ਤੇ ਘਟਣਾ ਵੀ ਯਾਰ ਜ਼ਰੂਰੀ ਚਾਹੀਦਾ ਹੈ ਬੜੀ ਚੰਗੀ ਗੱਲ ਹੈ ਤੇ ਕੱਲ ਮੈਂ ਇੱਕ ਖਬਰ ਟੀਵੀ ਤੇ ਵੇਖ ਰਿਹਾ ਸੀ ਡਾਕਟਰ ਵਿਚਾਰੇ ਭਰਾਵਾਂ ਦਾ ਕੀ ਗੁਨਾਹ ਹੈਗਾ ਸੀ ਉਹਨਾਂ ਦੀ ਤਨਹਾ ਘਟ ਗਈ ਭਾਵੇਂ ਯਾਰ ਹਜ਼ਾਰ ਜਾਂ ਭਾਵੇਂ 2000 ਬੰਦ ਘਟ ਜਾਵੇ ਨਾ ਤੇ ਡਾਕਟਰ ਨੇ ਜਾਨ ਤੇ ਪਾਉਂਦੇ ਨੇ ਕਈ ਡਾਕਟਰਾਂ ਨੇ ਆਪਦੀ ਜਾਨ ਦੇ ਕੇ ਤੇ ਸਾਡੇ ਭਰਾਵਾਂ ਦੀ ਜਾਨ ਬਚਾਈ ਏ ਤੇ ਗਵਰਨਮੈਂਟ ਨੂੰ ਖੁਦ ਨੂੰ ਸੋਚਣਾ ਚਾਹੀਦਾ ਯਾਰ ਅਸੀਂ ਕੀ ਕੰਮ ਕਰਨੇ ਪਏ ਗਵਰਨਮੈਂਟ ਆਪ ਦੇ ਫਾਇਦੇ ਮਗਰ ਭੱਜੀ ਫਿਰਦੀ ਏ ਸਾਡੇ ਰਲੀਫ ਫੰਡ ਦੇ ਵਿੱਚ ਪੈਸਾ ਪਹੁੰਚੇ ਸਾਡੇ ਉਹ ਯਾਰ ਪੈਸਾ ਪਹੁੰਚੇ ਇੱਕ ਪਾਸੇ ਤੁਸੀਂ ਆਮ ਨੂੰ ਪੈਸਾ ਦਿੱਤੀ ਜਾਂਦੇ ਦੂਸਰੀ ਸਾਈਡ ਤੋਂ ਆਮ ਦਾ ਪੈਸਾ ਕੱਢੀ ਜਾਂਦੇ ਜੀ ਮਾੜਾ ਕਰਦੇ ਪਾ ਜੇ ਇਹ ਮੇਰਾ ਪੈਗਾਮ ਜਿਹੜਾ ਭਾਜੀ ਇਹ ਸ਼ਹਜ਼ਾਦ ਪੱਟੀ ਤੱਕ ਪਹੁੰਚਣਾ ਚਾਹੀਦਾ ਹੈ ਸਾਡਾ ਯਾਰ ਸ਼ਹਜ਼ਾਦ ਪੱਟੀ ਸ਼ਹਜ਼ਾਦ ਪੱਟੀ ਵਾਸਤੇ ਖਾਸ ਕਰਕੇ ਪੈਗਾਮ ਮੈਂ ਦੇ ਰਿਹਾ ਤੇ ਇਹ ਪੈਗਾਮ ਸ਼ਹਜ਼ਾਦ ਪੱਟੀ ਤੂੰ ਸੁਣਿਆ ਕਿ ਬੜੇ ਲੋਕਾਂ ਦੇ ਕੰਮ ਕਰਨਾ ਤੇ ਅੱਜ ਤੇਰੇ ਤੈਨੂੰ ਵੀ ਵੇਖ ਲੈਨੇ ਆ ਕਿ ਤੂੰ ਵੀ ਕੀ ਸੋਚਣਾ ਹੈ ਇਸ ਵਾਰ ਵਾਸਤੇ ਕੀ ਰਿਲੀਫ ਕਰਨਾ ਹੈ ਸ਼ਹਜ਼ਾਦ ਪੱਟੀ ਸਾਹਿਬ ਇਹ ਖਾਸ ਕਰਕੇ ਅੱਜ ਮੈਂ ਵੀਡੀਓ ਤੁਹਾਡੇ ਵਾਸਤੇ ਬਣਾਉਂਦਿਆਂ ਆਂ ਇਸ ਵੀਡੀਓ ਦਾ ਟਾਈਟਲ ਵੀ ਮੈਂ ਸ਼ਹਾਦਤ ਪੱਟੀ ਲਿਖਾਂਗਾ ਤੇ ਖਾਸ ਕਰਕੇ ਇਹ ਜਿਹੜੀ ਵੀਡੀਓ ਹੈ ਇਹ ਸ਼ਹਾਦਤ ਪੱਟੀ ਨੂੰ ਮੇਰੀ ਮੇਰੀ ਵੀਡੀਓ ਜਿਹੜੀ ਸ਼ਹਾਦਤ ਪੱਟੀ ਤੱਕ ਪਹੁੰਚਣੀ ਚਾਹੀਦੀ ਮਬਤਾਲਾ ਵੀਰ ਹੈ ਸਾਡਾ ਪਿਆਰ ਵਾਲਾ ਵੀਰ ਤੇ ਇਹ ਜਿਹੜੀ ਹੈ ਨਾ ਹੋਂਦੇ ਤੱਕ ਨਾ ਪਹੁੰਚਣੀ ਚਾਹੀਦੀ ਵੀਡੀਓ